ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵੂਮੈਨ ਵਿਖੇ ਆਰਟਸ ਵਿਭਾਗ ਦੀਆਂ ਜੂਨੀਅਰ ਵਿਦਿਆਰਥਣਾਂ ਵੱਲੋਂ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਧਾਈਗੀ ਪਾਰਟੀ ਦਿੱਤੀ ਗਈ, ਜਿਸ ਵਿੱਚ ਮਿਊਜ਼ਿਕ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਗੀਤ ਸੰਗੀਤ ਅਤੇ ਬਾਕੀ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਅੰਦਰ ਛੁਪੀ ਪ੍ਰਭਤਾ ਨੂੰ ਡਾਂਸ ਗਿੱਧਾ ਕੈਟਬਾਕ ਰਾਹੀਂ ਦੂਜਿਆਂ ਸਾਹਮਣੇ ਲਿਆ ਕੇ ਖੂਬ ਤਾੜੀਆਂ ਬਟੋਰੀਆਂ। ਇਸ ਮੌਕੇ ਕਾਲਜ ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ਅੱਜ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਵਿਖੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਆਰਟਸ ਡਿਪਾਰਟਮੈਂਟ ਵੱਲੋਂ ਜਿਹੜੇ ਸੈਕਿੰਡ ਈਅਰ ਦੇ ਵਿਦਿਆਰਥੀ ਹੈ ਉਹਨਾਂ ਨੇ ਆਪਣੇ ਸੀਨੀਅਰਸ ਲਈ ਇੱਕ ਬਹੁਤ ਹੀ ਵਧੀਆ ਫੰਕਸ਼ਨ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਹੋਇਆ ਹੈ। ਬੜੀਆਂ ਸਾਰੀਆਂ ਆਈਟਮਸ ਬੱਚਿਆਂ ਨੇ ਤਿਆਰ ਕੀਤੀਆਂ ਨੇ, ਜਿਹਦੇ ਵਿੱਚ ਕੋਰੀਓਗ੍ਰਾਫੀ ਹੈ, ਮਿਸ ਫੇਅਰਵੈਲ ਕੰਟੈਸਟ ਵੀ ਕਰਾਇਆ ਜਾਏਗਾ ਅਤੇ ਲੋਕ ਨਾਚ ਅਤੇ ਗਿੱਧੇ ਵਗੈਰਾ ਦਾ ਇੰਤਜ਼ਾਮ ਬੱਚਿਆਂ ਨੇ ਕੀਤਾ ਹੋਇਆ ਹੈ। ਜਿਹੜੇ ਬੱਚੇ ਸਾਡੇ ਕੋਲ ਅੱਜ ਵਿਦਾ ਲੈ ਕੇ ਜਾ ਰਹੇ ਨੇ ਉਹਨਾਂ ਦੀਆਂ ਅਸੀਂ ਹਰ ਸਾਲ ਜਦੋਂ ਇਹ ਬੱਚੇ ਨਿਕਲਦੇ ਨੇ ਉਹਨਾਂ ਦੀਆਂ ਕਈ ਯਾਦਾਂ ਸਾਡੇ ਨਾਲ ਜੁੜੀਆਂ ਹੁੰਦੀਆਂ ਨੇ, ਪਰ ਜ਼ਿੰਦਗੀ ਦਾ ਉਹ ਇੱਕ ਪੜਾਅ ਪੂਰਾ ਕਰ ਰਹੇ ਨੇ ਅਤੇ ਅਗਲੇ ਪੜਾਅ ਲਈ ਜਾ ਰਹੇ ਨੇ, ਅਤੇ ਅਸੀਂ ਇਹੀ ਸਾਰੇ ਸਟਾਫ ਮੈਂਬਰ ਮਿਲ ਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਕਿ ਜਿੱਥੇ ਵੀ ਉਹ ਜਾਣ ਉਹ ਸਫਲਤਾ ਦੇ ਮੁਕਾਮ ਨੂੰ ਹਾਸਿਲ ਕਰਨ। ਮੈਂ ਬੱਚਿਆਂ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ, ਸਟਾਫ ਵੱਲੋਂ ਉਹਨਾਂ ਦੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੰਦੀ ਹਾਂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।